उधर पंजाब सरकार ने एसडीएम दे वल्लों नीली बत्ती लाउण दी निखेधी कीती है। सरकार एसडीएम दे खिलाफ कार्रवाई दे संकेत दे रही है तां विरोधी ते सरकार ते सवाल चुक रही है। पंजाब दी कैप्टन सरकार अते केंद्र दी मोदी सरकार वल्लों मंत्रियां दी गड्डियां ते लाल बत्ती अते नीली बत्ती दे इस्तेमाल ते बैन लग्या होया है, जिस दे बावजूद गिद्दड़बाह दे एसडीएम नरेंद्र सिंह वल्लों नीली बत्ती दे इस्तेमाल दे मुद्दे ते विपक्ष सवाल चुक रहा है। ਅਤੇ ਕੈਪਟਨ ਸਰਕਾਰ ਦੇ ਮੰਤਰੀ ਵੀ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਗੱਲ ਕਹਿ ਰਹੇ ਨੇ। ਪੰਜਾਬ ਦੇ ਫੈਸਲੇ ਤੋਂ ਉਸਾਰੂ ਹੋ ਕੇ ਮੋਦੀ ਸਾਹਿਬ ਨੇ ਵੀ ਐਲਾਨ ਕੀਤਾ ਆਪਣੀ ਗੱਡੀ ਤੋਂ ਲਾਲ ਬੱਤੀ ਲਾਈ ਹੈ, ਕੋਈ ਵੀ ਬੱਤੀ ਨਹੀਂ ਲਗਾ ਸਕਦਾ। ਮੈਂ ਸਮਝਦਾ ਕਿ ਜੇ ਕਿਸੇ ਅਫਸਰ ਨੇ ਐਸਡੀਐਮ ਨੇ ਬੱਤੀ ਲਗਾਈ ਹੈ ਉਹ ਕੈਬਨਿਟ ਦੇ ਫੈਸਲੇ ਦੇ ਖਿਲਾਫ ਹੈ ਗੱਲ। ਔਰ ਮੈਂ ਉਮੀਦ ਕਰਦਾ ਕਿ ਬਣਦੀ ਕਾਰਵਾਈ ਉਸ ਅਫਸਰ ਦੇ ਖਿਲਾਫ ਹੋਣੀ ਚਾਹੀਦੀ ਹੈ। ਬੜੀ ਅਫਸੋਸ ਦੀ ਗੱਲ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਸਾਰਿਆਂ ਨੇ ਇਹ ਜਿਹੜਾ ਬੱਤੀ ਦਾ ਕਲਚਰ ਜਿਹੜਾ ਉਹ ਬੰਦ ਕੀਤਾ ਹੈ, ਅਤੇ ਜੇ ਅੱਜ ਵੀ ਕੋਈ ਆਫੀਸਰ ਲਾ ਕੇ ਘੁੰਮਦਾ ਹੈ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਤੁਰੰਤ ਜਿਹੜਾ ਹੈਗਾ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ। ਔਰ ਸਿੰਬੋਲਿਕ ਐਸਾ ਫੈਸਲਾ ਲੈਣ ਨਾਲ ਬਾਕੀਆਂ ਨੂੰ ਵੀ ਜਿਹੜਾ ਹੈਗਾ ਇੱਕ ਮੈਸੇਜ ਆਏਗਾ ਔਰ ਬੜੀ ਅਤ ਨਿੰਦਣਯੋਗ ਗੱਲ ਹੈ ਜੇ ਕੋਈ ਹਲੇ ਵੀ ਆਫੀਸਰ ਉਲੰਘਣਾ ਕਰ ਰਿਹਾ। ਸਰਕਾਰ ਇਸ ਮਾਮਲੇ ਵਿੱਚ ਸਖਤੀ ਦੇ ਸੰਕੇਤ ਦੇ ਕੇ ਆਪਣੀ ਗੰਭੀਰਤਾ ਦਾ ਅਹਿਸਾਸ ਕਰਾ ਰਹੀ ਹੈ ਅਤੇ ਵਿਪੱਖ ਸਰਕਾਰ ਵੱਲੋਂ VIP ਕਲਚਰ ਖਤਮ ਕਰਨ ਦੇ ਇਰਾਦੇ 'ਤੇ ਸਵਾਲ ਚੁੱਕ ਰਿਹਾ ਹੈ। ਜੋ ਕਾਨੂੰਨੀ ਬਣਦੀ ਕਾਰਵਾਈ ਹੈ ਹੋਣੀ ਚਾਹੀਦੀ ਹੈ ਤਾਂ ਕਿ ਕੈਬਨਿਟ ਦੇ ਫੈਸਲੇ ਨੂੰ ਕੋਈ ਅੱਗੇ ਨੂੰ ਹੋਰ ਕੋਈ ਬੰਦਾ ਚੁਣੌਤੀ ਨਾ ਦੇ ਸਕੇ। ਗਿੱਦੜਬਾਹ ਦੇ SDM ਨਰਿੰਦਰ ਸਿੰਘ ਦਾ ਇਹ ਆਰੋਪ ਪੰਜਾਬ ਸਰਕਾਰ ਦੇ ਲਈ ਮੁਸ਼ਕਿਲਾਂ ਖੜੀ ਕਰ ਰਿਹਾ ਹੈ। ਅਜਿਹੇ ਵਿੱਚ ਵਿਪੱਖ ਦਾ ਸਵਾਲ ਚੁੱਕੇਗਾ ਹੀ। ਅਜਿਹੇ ਵਿੱਚ ਜ਼ਰੂਰੀ ਇਹ ਹੈ ਕਿ ਸਰਕਾਰ ਆਪਣੇ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਛੇਤੀ ਤੋਂ ਛੇਤੀ ਰੋਕ ਲਾਵੇ। ਜਗਤਾਰ ਸਿੰਘ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।